बीजी जी पिंड जाना वा, मेरा जा। वीर आया वा, अच्छा ते मैं आखनी चलो हो गया वा, वो फोन करन रहे भाभी जी। मेरा की है जोबन नु पुछला जे कलौंदा चली जा। नहीं होना की कहना वा, मैं चल ता ना पूछना जरूरी है। चल जा चल जा। आ मैं जा वा, मतलब मैं जोबन नु पूछ के आवा की आंदे है। निबड़ गया कम पठियां दा? मैं डंगर बंधन वाले लाए अजे। अच्छा ते मेरी गल सुनो, वीर जी आए आ ते चलो हां आपां नूं जाके मिल आईए। भाभी जी फोन करन डए सी। अगे ते वीर जी आप आउंदा हुंदा सानूं मिलण, हुण उत्थे मिलण की करन जाणा? ना ओ गुस्सा करन डए सी वी हर वाली मैं ही आउंना जदों वी आउंना मिलण, कदी तूं वी आ जाया कर। ते मैं कहण डई मैं ना गुस्सा कर लैणा, फिर हर वारी ओही आउंदे आपां ते जांदे ही नहीं। ते चलो आपां जा आईए, नाले आपां जाके उत्थे पैली दी वी गल कर आवांगे। वेख दविंदर जे ते मिलण मुलण नूं जाणा ते फिर मैं सोवरां तेरे नाल तुरनूं, ते जे पैलियां पुलियां दे गल्लां करनियां फिर मैं नहीं जाणा, तूं कदी जा जा। ठीक है क्यों की गल, हुण मैनूं घर दे कहण ते डए आ वी जाके गल करके आ, ते दोवां महीनां दी ते गल आ। नहीं मैं नहीं जाणा, तूं जा जा। ਉਹ ਘਰਦਿਆਂ ਦੀ ਮੰਨਣੀ ਪੈਂਦੀ ਆ, ਉਹਨਾਂ ਕਹਿਣਾ ਇੱਕ ਤੇ ਇਹੋ ਜਿਹੀ ਹੈਗੀ ਆ, ਨਾਲ ਦੂਜੀ ਵੀ ਇੱਦਾਂ ਦੀ ਹੋ ਗਈ। ਦੋਵਾਂ ਮਹੀਨਿਆਂ ਦੀ ਗੱਲ ਆ, ਦੋਵਾਂ ਮਹੀਨਿਆਂ ਦੀ ਨਾ ਕਰਾ ਕੇ ਤੇ ਅਸੀਂ ਮੁੜ ਕੇ ਉਹਨਾਂ ਦੇ ਨਾ ਕਰਾ ਦੇਣੀ? ਮੈਂ ਕਿਹੜੀ ਇਹਨਾਂ ਨੂੰ ਪੱਕੀ ਲਿਆ ਕੇ ਦੇਣ ਡਈ ਆ, ਤੁਸੀਂ ਨਾਲ ਤੇ ਚੱਲੋ। ਆਵੇ ਤੈਨੂੰ ਟੇਕਿਆ ਮੱਥਾ, ਮੈਂ ਜਦੋਂ ਕਹਿ ਤਾ ਮੈਂ ਇਹ ਕੰਮ 'ਚ ਨਹੀਂ ਜਾਣਾ, ਉੱਥੇ ਉੱਦਾਂ ਮਿਲਣ ਜਾਣਾ ਸੋਰੀ ਚੱਲ ਜਾਂਗਾ, ਤੈਨੂੰ ਦਸਦਾ ਕਹਿ ਤਾ ਮੈਂ ਨਹੀਂ ਜਾਣਾ, ਜਾ ਡੰਗਰ ਬੰਨਣ ਦੇ ਮੈਨੂੰ। ਹੱਦ ਹੋ ਗਈ ਇਹ ਬੰਦੇ ਵਾਲੀ। ਬੱਚਿਆਂ ਦੇ ਸਕੂਲ ਦਾ ਖਰਚਾ ਕੰਪਲੀਟ ਵਾ ਨਾ, ਕਿਸੇ ਦਾ ਦੇਣ ਲੈਣ ਵਾਲਾ ਵੀ ਨਹੀਂ ਕੋਈ ਹਿਸਾਬ ਦਾ। ਹਾਂਜੀ ਬੱਚਿਆਂ ਦਾ ਖਰਚਾ ਸਾਰਾ ਕੰਪਲੀਟ ਵਾ, ਕੋਈ ਨਹੀਂ ਕਿਸੇ ਦਾ ਖਰਚਾ ਰਹਿ ਗਿਆ, ਬਸ ਘਰ ਦਾ ਕੰਮ ਕਰਾਇਆ ਸੀ ਇੱਕ ਦੋ ਉਹ ਰਹਿ ਗਿਆ। ਕੋਈ ਗੱਲ ਨਹੀਂ, ਉਹ ਨਾ ਤਾਂ ਟੈਨਸ਼ਨ ਨਾ, ਮੈਂ ਦੇ ਆਉਂਗਾ ਫਿਰ। ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਠੀਕ ਆ? ਹਾਂਜੀ ਬਹਿ ਜਾਓ, ਮੈਂ ਪਾਣੀ ਲੈ ਕੇ ਆਉਂਦੀ। ਤੂੰ ਤੇ ਬੋਲ ਹੀ ਨਾ, ਆਏ ਨੀ ਹੁੰਦੇ ਤੂੰ ਤਾਂ ਵੀ ਨਹੀਂ ਦੱਸਣਾ। ਸਾਡੇ ਭੈਣ ਭਰਾਵਾਂ ਦਾ ਇੰਨਾ ਪਿਆਰ ਸੀ, ਤੁਸੀਂ ਫੋਨ ਲਾਉਣਾ ਵੀ ਨਹੀਂ ਜ਼ਰੂਰੀ ਸਮਝਿਆ? ਮੈਂ ਤੇਰੀ ਭਾਬੀ ਨੇ ਪੈਲੀ ਬਾਰੇ ਮੇਰੇ ਨਾਲ ਗੱਲ ਕੀਤੀ ਸੀ, ਮੈਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ। ਵੀਰ ਜੀ ਤੁਸੀਂ ਤੇ ਇਦਾਂ ਕਹਿਣ ਡੇ ਜੇ ਜਿੱਦਾਂ ਮੇਰਾ ਪੈਲੀ 'ਚ ਹੱਕ ਨਹੀਂ ਹੁੰਦਾ, ਸਿਰਫ 2 ਮਹੀਨੇ ਵਾਸਤੇ, 2 ਮਹੀਨਿਆਂ ਦੀ ਗੱਲ ਆ, ਮੈਂ ਉਸੇ ਵੇਲੇ ਤੁਹਾਡੇ ਨਾਲ ਆ ਦੇਣੀ ਆ, ਮੇਰੀ ਵੀ ਕੋਈ ਮਜਬੂਰੀ ਆ, ਮੈਂ ਤਾਂ ਆਈ ਆ। ਦਵਿੰਦਰ ਵੇ ਜਦੋਂ ਦੇ ਮੰਮੀ ਡੈਡੀ ਪੂਰੇ ਹੋਏ ਨਾ, ਮੈਂ ਤੈਨੂੰ ਬਹੁਤ ਪਿਆਰ ਨਾਲ ਰੱਖਿਆ ਵਾ, ਜੇ ਤੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਨਾ ਬੇਸ਼ੱਕ ਗੇਟੋਂ ਬਾਹਰ ਹੋ ਜਾ। ਨਹੀਂ ਹਾਂ ਕਿੱਦਾਂ ਦੀ ਗੱਲ ਕਰਦੀ ਤੁਸੀਂ, ਹੈ ਆਉਂਦੇ ਭਰਾ ਦੇ ਕੰਨਾਂ 'ਚ ਕੀ ਫੂਕਾਂ ਮਾਰਤੀਆਂ ਵਾ, ਮੇਰਾ ਭਰਾ ਦੇ ਤਾਂ ਹੈ ਨਹੀਂ, ਜਿੱਦਾਂ ਦਾ ਹੋਇਆ ਹੋ ਗਿਆ ਵਾ। ਤੂੰ ਚੁੱਪ ਕਰ ਜਾ, ਇੱਥੇ ਜ਼ਬਾਨ ਬੰਦ ਕਰ ਲਾ, ਮੇਰੇ ਕੋ ਹੋਰ ਨਾ ਕੋ ਸੁਣ ਲਈ। ਕੀ ਗੱਲ, ਜੇ ਮੇਰੀ ਮਾਂ ਮਰ ਗਈ ਆ ਤਾਂ ਤੁਸੀਂ ਮੇਰਾ ਹਿੱਸਾ ਮੁਕਾਤਾ? ਇਹ ਗੱਲ ਤੇ ਆਏ ਨਾ, 2 ਮਹੀਨੇ ਬਾਅਦ ਤੇ ਨਹੀਂ ਲਾਉਣੀ ਪੈਲੀ, ਤੇ ਮੈਂ ਪੈਲੀ ਦਾ ਹਿੱਸਾ ਲਿਆ ਕੇ ਦੱਸੂ, ਮੇਰਾ ਹਿੱਸਾ ਬਣਦਾ ਵਾ। ਦਵਿੰਦਰ ਇਹ ਤੂੰ ਕਿੱਦਾਂ ਦੀ ਗੱਲਾਂ ਕਰਨ ਡਿਆ, ਤੇਰੀ ਭਰਜਾਈ ਹੈ ਇਸ਼ਤਕਾਰੇ ਦੇ, ਮਤਲਬ ਤੂੰ ਕੌਣ ਹੁੰਦੀ ਹੈ ਮੇਰੇ ਮਗਰੋਂ ਆ ਕੇ ਇਹਨੂੰ ਹਿਸਾਬ ਦਾ ਫਸਲਾਂ ਦਾ ਹਿਸਾਬ ਦਾ ਪੁੱਛਣ ਵਾਲੀ? ਅੱਛਾ ਇਹ ਵੀ ਭਰਾ ਦੇ ਕੰਨਾਂ 'ਚ ਦੁੰਦਣਾ ਵਜਾਤਾ ਤੂੰ ਆਉਂਦਿਆਂ ਹੀ, ਬੜੀ ਮੀਣੀ ਨਿਕਲੀ ਤੂੰ। ਕੀ ਗੱਲ ਆ, ਮੈਂ ਹਿਸਾਬ ਦਾ ਪੁੱਛ ਨਹੀਂ ਸਕਦੀ? ਨਾ ਪੁੱਛਦੀ ਤੇ ਹੁਣ ਇਹਨੇ ਘਰ ਜਾੜ ਦੇਣਾ ਨਹੀਂ, ਜਿੱਦਾਂ ਦੀ ਇਹਨੇ ਕਰਤੂਤਾ ਵਾ। ਠੀਕ ਆ ਤੂੰ ਆਪਣਾ ਘਰ ਸੰਭਾਲ ਜਾ ਕੇ, ਜਿੰਨਾ ਦੀਦੀ ਦੀਦੀ ਕਰੀਦਾ ਉਹ ਸਗੋਂ ਸਿਰ ਨੂੰ ਚੜਦੀ ਹੈ। ਆ ਸੁਣ ਲਾ ਵੀਰ ਸੁਣ ਲਾ, ਅਜੇ ਤੇ ਮੈਨੂੰ ਬੋਲਣ ਡਈ ਆ, ਕੱਲ ਨੂੰ ਤੇਰੇ ਸਿਰ ਤੇ ਚੜ ਕੇ ਨੱਚੂਗੀ ਗਲੀਆਂ ਕਰੂ ਸਿਰ ਤੇ, ਇੰਨੀ ਜ਼ੁਬਾਨ ਇਹਦੀ ਵੱਧ ਗਈ ਆ। ਜੇ ਇੰਨੀ ਕੁ ਮੈਂ ਨਾ ਸੈੱਟ ਕੀਤੀ ਹੁੰਦੀ ਨਾ ਤੇਰੇ ਮਗਰੋਂ, ਤੇ ਅੱਜ ਨੂੰ ਉਹਨੇ ਘਰ ਜਾੜ ਦੇਣਾ ਸੀ ਜਿੱਦਾਂ ਦੇ ਲੱਛਣ ਆ। ਠੀਕ ਆ ਦਵਿੰਦਰ ਵੇਖ, ਜੇ ਤੂੰ ਆਈ ਆ ਨਾ ਬਹਿ ਕੇ ਪਿਆਰ ਨਾਲ ਚਾਹ ਪਾਣੀ ਪੀ, ਜੇ ਤੂੰ ਪੈਲੀਆਂ ਪੋਲੀਆਂ ਭਾਲਦੀਆਂ ਨਾ ਦੋ ਗੱਲ ਨਹੀਂ ਬਣਨੀ। ਅੱਛਾ ਤੇ ਤੁਸੀਂ ਹੁਣ ਸੌਂ ਖਾ ਲਈ ਆ ਵੀ ਮੇਰਾ ਸਾਥ ਨਹੀਂ ਦੇਣਾ? ਜੇ ਤੂੰ ਇਹੋ ਗੱਲ ਕਰਦੀ ਜੇ ਤੂੰ ਤਾਂ ਆਪਣਾ ਬੈਗ ਚੁੱਕ ਕੇ ਚੱਲ। ਅੱਛਾ ਤੇ ਇਹ ਗੱਲ ਆ, ਜੇ ਇਹ ਗੱਲ ਰਹੀ ਨਾ ਤੇ ਮੇਰਾ ਨਾਮ ਵੀ ਦਵਿੰਦਰ ਨਹੀਂ, ਅੱਧ ਲੈ ਕੇ ਦੱਸੂਗੀ ਵੀ ਕਿੱਦਾਂ ਲਈਦਾ ਵਾ, ਧੀਆਂ ਦਾ ਵੀ ਪੂਰਾ ਘਰ ਦੇ ਹਿੱਸਾ ਹੁੰਦਾ ਵਾ। ਜਾਂਦਾ ਨਹੀਂ ਦੇਣਾ ਹੀ, ਅੱਧ ਦੇਣਾ ਕਿਉਂ ਨਹੀਂ ਆ, ਇਹ ਕਿੱਦਾਂ ਦੀ ਗੱਲ ਹੋ ਗਈ? ਜੁੱਤੀ ਨਾ ਲਊਗੀ ਹਿੱਸਾ ਲੈ ਕੇ ਦੱਸੂਗੀ, ਤੇ ਲੈਣਾ ਮੈਂ ਜਾਣਦੀ ਆ। ਜਾ ਚੱਲ ਜਾ ਗੇਟੋਂ ਬਾਹਰ। ਹੋ ਵੇਖਿਆ ਐਦਾਂ ਦਿੱਤਾ ਤੁਹਾਡੀ ਭੈਣ ਨੇ ਮੇਰੇ ਨਾਂ ਸੀ ਤੂੰ
जे कड़क आंदी है तां पर्चियां लैण आंदी, जे झोना आंदा तां आंदी पर्चियां लैण वास्ते। जोबन ने कदी नु समझाया कि उन्ने नु पुछया की करदी इत्थे? जोबन ते बेचारा नाल ही नहीं हुंदा, हर वारी कल्ली आ जांदी है। ओनू किते पुछदी आ, ओनू ते टिच बटन नहीं जांदी ओनू ते। इहदे कल्ली प्रधान आ सारे घर च, ते इत्थे भी रो भी रखदी है पूरा अपना। दविंदर नु तुसी ऐवें ना जाणियो, तुसी घर आ के हाथ जोड़ के पैली दा किला ना दोगे ना, ते मेरा नाम भी दविंदर नहीं आ। चणे बड़े चबाऊगी तुहानू। दविंदर ते गई आ, वेख दे की करके आउंदी आ। ਹੁਣ ਤੇ ਉਹਦਾ ਭਰਾ ਵੀ ਆਇਆ ਸੁੱਖ ਨਾਲ। ਹੋਰ ਤੇ ਗੱਲਾਂ ਦੀਆਂ ਗੱਲਾਂ ਵੀਰ ਜੀ, ਜਦੋਂ ਉਹਦਾ ਭਰਾ ਆਵੇ ਨਾ, ਇਹਦੇ ਵਾਸਤੇ ਵੱਖਰੀ ਕਿੱਟ ਭਰ ਕੇ ਲਿਆਉਂਦਾ ਹੁੰਦਾ ਸਮਾਨ ਦੀ। ਤੇ ਅੱਜ ਭਾਬੀ ਵੇਖਿਓ ਕਿੰਨਾ ਕੁਛ ਲਿਆਉਂਦੀ ਖਾਣ ਪੀਣ ਨੂੰ। ਲਓ ਭਾਬੀ ਵੀ ਆ ਹੀ ਗਏ ਆ। ਆ ਭਾਬੀ ਸਮਾਨ ਅੱਡੇ ਤੇ ਛੱਡ ਆਏ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆ ਜੀ। ਹਾਂਜੀ ਸਮਾਨ ਭਰ ਆ ਹੀ ਗਿਆ ਤੇ ਅੱਡੇ ਤੇ ਕਾਹਨੂੰ ਛੱਡ ਆਏ? ਫੋਨ ਕਰ ਦਿੰਦੇ ਤੇ ਅਸੀਂ ਅੱਡੇ ਤੋਂ ਨਾਲ ਤੁਹਾਨੂੰ ਲੈ ਆਉਂਦੇ, ਨਾਲ ਸਮਾਨ ਲੈ ਆਉਂਦੇ। ਛੱਡ ਕੇ ਕਾਹਨੂੰ ਆਉਣਾ ਸੀ? ਨਹੀਂ ਜਾ ਨਹੀਂ ਜਾ, ਘੁੱਟ ਪਾਣੀ ਪਿਆ ਦੇ। ਤੈਨੂੰ ਤਾਂ ਖਾਣ ਪੀਣ ਦੀ ਪਈ ਰਹਿੰਦੀ ਆ, ਖਾਣ ਪਿੱਛੇ ਮਰਦੀ ਰਹਿੰਦੀ ਆ। ਫਿਰ ਸੁਣਾ ਕੋਈ ਪੈਲੀ ਦੀ ਗੱਲ। ਹਾਂ ਹੋਈ ਆ। ਉਹ ਬੀਜੀ ਪੈਲੀ ਦੀ ਹਾਂ ਕੀ ਹੋਣੀ ਸੀ? ਉਹ ਭਰਜਾਈ ਨੇ ਪਤਾ ਨੀ ਮੇਰੇ ਭਰਾ ਦੇ ਕੰਨ ਚ ਕੀ ਫੂਕ ਮਾਰਤੀ ਆ। ਉਹ ਤੇ ਜਵਾਬ ਦਿੰਦਾ ਸੀ ਤੇ ਓਦਾਂ ਬਾਅਦ ਚ ਤੁਰ ਲੱਗਿਆ ਇੰਨੀ ਗੱਲ ਵੀ ਕਹੀ ਆ ਵੀ ਬਹਿ ਜਾ ਸਲਾਹ ਕਰਦੇ ਆ। ਫਿਰ ਤੁਹਾਨੂੰ ਤੇ ਪਤਾ ਹੀ ਆ ਮੇਰਾ, ਮੈਂ ਕਿੱਥੇ ਡਿੱਗਦੀ ਆ। ਮੈਨੂੰ ਤਾਂ ਗੁੱਸਾ ਹੀ ਚੜ ਗਿਆ। ਸਮਾਨ ਲਿਆਂਦਾ ਮੈਂ ਸੁੱਟ ਆਈ, ਮੈਂ ਕਿਹਾ ਮੈਂ ਨੀ ਖਾਣਾ, ਪੈਲੀ ਦਓਗੇ ਤੇ ਲੈ ਜਾਊ ਸਮਾਨ ਵੀ। ਦਵਿੰਦਰ ਮਿੱਠੀ ਪਿਆਰੀ ਹੋ ਕੇ ਆਪਣਾ ਮਤਲਬ ਕੱਢੀ ਦਾ ਹੁੰਦਾ ਵਾ, ਤੇ ਬਹੁਤ ਗੁੱਸੇ ਨਹੀਂ ਤੂੰ ਹੋਣਾ। ਲੈ ਭਾਬੀ ਏਦਾਂ ਤੇ ਤੁਸੀਂ ਕਹਿੰਦੇ ਮੇਰੀ ਚੱਲਦੀ ਬੜੀ ਆ, ਪਰ ਤੁਹਾਡੀ ਇੰਨੀ ਕੋਈ ਗੱਲ ਨਹੀਂ ਮੰਨੀ ਉਹਨਾਂ ਨੇ? ਨਹੀਂ ਮੇਰੀ ਗੱਲ ਸੁਣ ਲਾ, ਮੈਂ ਤੈਨੂੰ ਬੜੀ ਵਾਰੀ ਆਖਿਆ ਸੀ ਸਤੀ, ਮੈਂ ਉੱਥੋਂ ਬੜੀ ਆਈ ਹੋ, ਤੈਨੂੰ ਮੈਂ ਆਖਿਆ ਵੱਡੇ ਦੀਆਂ ਗੱਲਾਂ 'ਚ ਦਖਲਅੰਦਾਜ਼ੀ ਨਹੀਂ ਕਰੀਦੀ, ਠੀਕ ਆ? ਚਾਹ ਬਣਾ ਘੁੱਟ ਜਾ ਕੇ ਜਾ। ਭਾਬੀ ਤੇ ਲੱਗਦਾ ਘੁੱਟ ਖਾ ਕੇ ਆਈ ਭਰਜਾਈ ਤੋਂ ਅੱਜ। ਵੇਖ ਲਓ ਭਾਜੀ ਕਿੱਦਾਂ ਦੀਆਂ ਗੱਲਾਂ ਕਰਦੀ। ਉਹ ਮਜ਼ਾਕ ਕਰਨ ਦੀ ਤੈਨੂੰ, ਉਹ ਇਹੋ ਕਹਿਣ ਦੀ ਬਦਰੰਗ ਚਿੱਠੀ ਵਾਂਗੂ ਵਾਪਸ ਆ ਗਈ ਆ। ਮੂਡ ਭਰਾਵਾ ਚੰਗਾ ਹੀ ਹੁੰਦਾ। ਆਹੋ ਠੀਕ ਆ ਬੀਜੀ, ਗੱਲ ਬਣ ਜੂਗੀ, ਐਡੀ ਵੀ ਨਹੀਂ ਆਪੇ ਦਵਿੰਦਰ ਦੀ ਚੱਲੂ ਨਾ, ਤੁਸੀਂ ਨਾ ਟੈਨਸ਼ਨ ਲਓ, ਆਪੇ ਆਉਣਗੇ। ਮਗਰ ਗੱਲ ਸੁਣ ਦਵਿੰਦਰ, ਜਦੋਂ ਕਹਿੰਦੇ ਹੁੰਦੇ ਨਾ ਜ਼ਰੂਰਤ ਹੋਵੇ ਆਪਾਂ ਨੂੰ, ਤੇ ਸਾਰੇ ਪੱਤਨ ਤਰੀਦੇ ਆ। ਤੂੰ ਭਰਾ ਨੂੰ ਸਾਈਡ ਤੇ ਕਰਕੇ ਕਹਿਣਾ ਸੀ ਵੀ ਵੀਰ ਗੱਲ ਸਿਰਫ ਇੱਕ ਦੋ ਮਹੀਨੇ ਦੀ ਆ, ਜਿੱਦਾਂ ਉਧਰੋਂ ਆ ਗਈ ਉਦਾਂ ਮੈਂ ਫਿਰ ਵਾਪਸ ਕਰ ਦੇਣੀ ਆ। ਉਹ ਵੀਰ ਜੀ ਭਰਾ ਤੇ ਮੇਰਾ ਬਥੇਰਾ ਚੰਗਾ ਸੀ, ਜਦੋਂ ਬਗਾਨੇ ਆ ਜਾਂਦੇ ਆ ਤੁਹਾਨੂੰ ਵੀ ਪਤਾ ਵਾ, ਮਗਰ ਲਾ ਲੈਂਦੀਆਂ। ਚਲੋ ਮੈਂ ਕੱਪੜੇ ਚੇਂਜ ਕਰ ਲਾਂ ਫਿਰ ਬੀਜੀ, ਕਰੋ ਗੱਲਾਂ। ਉਹਦਾ ਭਰਾ ਫਿਰ ਤਾਂ ਮੰਨਿਆ ਨਹੀਂ, ਰੱਖ ਨਹੀਂ ਲਾਈ, ਅੱਧੇ ਆ ਗਈ ਆ। ਮਾਤਾ ਕੋਈ ਵੀ ਭਰਾ ਨਹੀਂ ਚਾਹੁੰਦਾ, ਭਰਜਾਈ ਨਹੀਂ ਚਾਹੁੰਦੀ ਕਿ ਸਾਲੇ ਸਾਨੂੰ ਜ਼ਮੀਨ ਨਿਕਲੇ। ਬਾਕੀ ਮੈਨੂੰ ਨਹੀਂ ਲੱਗਦਾ ਕਿ ਉਹ ਜ਼ਮੀਨ ਦੇਣਗੇ, ਕਿਉਂਕਿ ਉਹਦਾ ਭਰਾ ਪਹਿਲਾਂ ਹੀ ਬੜਾ ਨਾੜੀ ਜਿਹਾ ਵਾ। ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ, ਕਿਹੜਾ ਆਉਂਦਾ ਮੇਰੇ ਸਾਰੇ ਜ਼ਮੀਨ ਨਿਕਲੇ? ਬਹੁਤ ਗੱਲ ਆ, ਉਹਨਾਂ ਨੂੰ ਇਹ ਸ਼ੱਕ ਵੀ ਮੁੜ ਕੇ ਇੰਨਾ ਖਰੇ ਮੋੜਨੀ ਕਿ ਨਹੀਂ ਮੋੜਨੀ। ਅਸੀਂ ਦਿਲੋਂ ਸੱਚੇ ਆ, ਢਿੱਡੋਂ ਸੱਚੇ ਆ, ਦਵਿੰਦਰ ਕੀ ਪੈਲੀ ਆਹ ਮੋੜਨੀ ਮੋੜਨੀ ਆ। ਉਹ ਉਹਨਾਂ ਨੂੰ ਥੋੜੀ ਪਤਾ, ਸਾਨੂੰ ਪਤਾ ਵਾ, ਤੁਹਾਨੂੰ ਪਤਾ ਵਾ, ਉਹਨਾਂ ਨੂੰ ਉਹਨੇ ਸ਼ੱਕ ਪੈ ਗਿਆ ਵੀ ਦਵਿੰਦਰ ਨੂੰ ਪਤਾ ਵਾ, ਬਾਕੀਆਂ ਨੂੰ ਨਹੀਂ ਪਤਾ ਨਾ। ਚਲੋ ਕੋਈ ਗੱਲ ਨਹੀਂ, ਉਹ ਕਹਿੰਦੀ ਮਿਹਨਤ ਜਾਰੀ ਆ, ਵੀ ਭਰਾ ਨੂੰ ਫਿਰ ਮਨਾਉ। ਸ਼ੱਕ ਪੈ ਗਿਆ ਵੀ ਦਵਿੰਦਰ ਪੈਲੀ ਲੈ ਚੱਲੀ ਉਹਦੇ ਵਾਂਗ, ਉਹ ਵੀ ਮੰਗਦੇ ਇਹਨੂੰ ਇੰਨਾ ਕਹਿਤਾ ਵੀ ਜਦ ਵੀ ਲਿਆ ਆਪਣੀ ਹੈਗੀ। ਉਹ ਮਾਤਾ ਪੈਲੀ ਲੈਣ ਨੂੰ ਕਿਹਦਾ ਜੀ ਕਰਦਾ, ਜੇ ਉੱਥੇ ਸਾਡਾ ਵੀ ਕੋਈ ਸਾਲਾ ਹੁੰਦਾ ਤੇ ਅਸੀਂ ਲੈਣੀ ਸੀ ਪੈਲੀ, ਉੱਥੇ ਤੇ ਬਹਿਣਾ ਜਾ ਕੇ। ਅਸੀਂ ਤਾਂ ਕਰਕੇ ਕਹਿੰਦੇ ਹਾਂ ਵੀ ਉਦੋਂ ਇਹਨਾਂ ਨੇ ਵਿਆਹ ਦੇ ਜਦੋਂ ਦੇਣਾ ਸੀ, ਵਿਚੋਲੇ ਨੇ ਸਾਰਿਆਂ ਨੇ, ਰਿਸ਼ਤੇਦਾਰਾਂ ਨੇ, ਸਾਰਾ ਕੁਛ ਤੁਹਾਡਾ ਹੀ ਆਇਆ, ਇਸ ਤੋਂ ਬਾਅਦ ਚੋਰ ਕੌਣ ਆ? ਉਹ ਤਾਂ ਮੁੰਡਾ ਤਾਂ ਬਾਅਦ 'ਚ ਲਿਆਂਦਾ ਸਾਡੇ ਵਿਆਹ ਤੋਂ। ਸੋਚਦੀ ਹਾਂ ਵੀ ਆਪਣੇ ਪੁੱਤ ਨੂੰ ਮਾਸੀ ਦਾ ਪੁੱਤ ਚੰਗਾ ਵਾ, ਮਾਸੀਆਂ ਦੇ ਪੁੱਤ ਕਿੱਥੇ ਬਣਦੇ ਆ? ਉਹ ਮਾਸੀਆਂ ਨੇ ਅੱਜ ਕੱਲ੍ਹ ਅੱਡ ਪੁੱਤ ਗੁਆਂਢੀ ਨਾ ਪੈ ਜਾਂਦਾ, ਸਗੇ ਪੁੱਤ ਨਹੀਂ ਬਣਦੇ ਤੇ ਮਾਸੀ ਦਾ ਪੁੱਤ ਇਹਨਾਂ ਦਾ ਬਣੂਗਾ? ਚਲੋ ਇਹ ਇੰਨਾ ਉੱਤੇ ਦਿਆਲ ਹੋਈਆਂ ਵਾ। ਚਲ ਜ਼ਿਆਦਾ ਨਹੀਂ ਬੋਲੋ, ਤੇਲ ਵੇਖੋ, ਤੇਲ ਦੀ ਧਾਰ ਵੇਖੋ ਕੀ ਬਣਦਾ, ਜੇ ਸਾਡੇ ਹੋਈ ਨਾ ਕਰਮਾਂ 'ਚ ਤਾਂ ਆਪੇ ਆ ਜਾਣੀ ਆ। ਬਹਿ ਜੇ ਨਹੀਂ ਕਿਤੇ ਇਹਨਾਂ ਦਾ ਬੇੜਾ, ਕਿਤੇ ਇਹਨਾਂ ਦਾ ਸਹੁਰਿਆਂ 'ਚ ਮੈਂ ਇੰਨਾ ਟੌਰ ਬਣਾਇਆ ਸੀ, ਇਹਨਾਂ ਤਾਂ ਮੇਰੀ ਨੱਕ ਵਢਾ ਕੇ ਰੱਖਤੀ ਆ। ਭਾਬੀ ਇਕੱਲੀ ਗੱਲਾਂ ਕਰੀ ਜਾਂਦੀ, ਕੀ ਹੋ ਗਿਆ? ਚਾਹ ਪੀ ਲਓ। ਨਹੀਂ ਚੰਗਾ, ਤੇਰੇ ਜ਼ਿਆਦਾ ਹੀ ਕੰਨ ਵੱਜਦੇ ਤੇਰੇ। ਉਹਦਾ ਭਾਬੀ ਐਵੇਂ ਨਾ ਗਰਮ ਹੋਈ ਜਾ। ਉਹਦਾ ਭਾਬੀ ਸੱਚੀ ਸੱਚੀ ਦੱਸ ਵੀਰ ਜੀ, ਕੀ ਕੀ ਸਮਾਨ ਲਿਆਏ ਫਿਰ? ਪਿਛਲੀ ਵਾਰੀ ਮੇਰੇ ਵਾਸਤੇ ਕਿੰਨਾ ਵਧੀਆ ਲੋਸ਼ਨ ਲਿਆਇਆ ਸੀ। ਨਹੀਂ ਚੁੱਪ ਕਰ ਜਾ, ਮੇਰੇ ਕੋਲ ਕੁਛ ਸੁਣ ਨਾ ਲਈ, ਮੈਂ ਅੱਗੇ ਬੜੀ ਗਰਮੀ ਹੋ ਆ ਗਈ, ਮਹਾਂ ਕਦੇ ਕੀ ਸਮਾਨ ਲਿਆ ਕੀ ਨਹੀਂ, ਹੋਰ ਨਾ ਕਿਤੇ ਉੱਥੇ ਦਾ ਸਾਰਾ ਗੁੱਸਾ ਤੇਰੇ ਤੇ ਨਿਕਲ ਜੇ। ਜਾ ਜਾ ਕੇ ਕੰਮ ਕਰ ਜਾ ਕੇ। ਭਾਬੀ ਕੰਮ ਤੇ ਕਰ ਹੀ ਲੈਣਾ ਵਾ ਚੱਲ, ਪਰ ਇੰਨੀ ਤੱਤੀ ਕਿਉਂ ਐਰ ਕੀ? ਅੱਗੇ ਤੇ ਤੂੰ ਬੜੀ ਖੁਸ਼ ਹੁੰਦੀ ਹੁੰਦੀ ਆ। ਨਹੀਂ ਮੈਂ ਤੈਨੂੰ ਦੱਸਤਾ ਹੀ, ਮੇਰੇ ਕੋਲ ਫੇੜੇ ਨਾ ਖਾ ਲਈ, ਚੱਲ ਜਾ ਮੇਰੇ ਲਾਗੋਂ, ਸਿਰ ਮੇਰਾ ਬਹੁਤ ਦੁਖਣ ਡਿਆ ਈ ਓ। ਕੁਛ ਨਹੀਂ ਹਾਲ ਪੈਣੇ ਇਹਦਾ,
इन्हू तो खाण पीना ही मतलब वा, होर कोई काम नहीं, किदा गंद पिया वा। वेख हाँ इन्हू भी महक जे गल्ला आउण लग गईआं वा। ਵਿਰਿੰਦਰ ਬੜਾ ਟਾਈਮ ਲਾਈ ਰਜਿਸਟਰੀ ਕਰਾਉਣ ਲੱਗ ਪਈ। ਨਹੀਂ ਬਿਆਨਾ ਕਰਾਇਆ ਵਾ, ਰਜਿਸਟਰੀ ਵੀ ਹੋ ਜੂਗੀ। ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਜੇ, ਜਿੱਦਾਂ ਬੇਰ ਸੀ, ਬੇਰ ਲੈਣ ਗਈ ਹਾਂ ਤੇ ਲੈ ਕੇ ਆ ਜਾਣਾ ਸੀ, ਹੱਦ ਕਰਦੇ ਜੇ। ਆਈ ਸੁੱਕੀ ਆ, ਭਰਾ ਦੇ ਨਹੀਂ ਕੋ ਕਿਹਾ? ਨਾ ਭਰਾ ਮੇਰੇ ਨੇ ਕਹਿਣਾ ਵਾ। ਨਹੀਂ ਆਂਦੀ ਪੈਲੀ ਲੈਣ ਗਈ ਆ, ਸ਼ੁਕਰ ਕਰ ਤੈਨੂੰ ਉਦਾਂ ਭੇਜਤਾ। ਨਹੀਂ ਗੱਲ ਕੀਤੀਆਂ ਹੋਣੀਆਂ ਗੱਲਾਂ ਜਦੋਂ ਮੰਗੀ ਹੋਣੀ ਪੈਲੀ। ਨਹੀਂ ਉਹਨਾਂ ਨੇ ਕੋਈ ਗੱਲਾਂ ਕੀਤੀਆਂ, ਕਰ ਦੇਣਗੇ। ਭਰਜਾਈ ਦੇ ਥੱਲੇ ਚੜਿਆ ਥੋੜੇ ਜਿਹਾ ਜੋਬਨ, ਤੈਨੂੰ ਵੀ ਪਤਾ ਅੱਜ ਕੱਲ੍ਹ ਮਗਰ ਲੱਗ ਜਾਂਦੇ ਆ। ਤੂੰ ਬੜੀ ਸੜੀ ਆਈ ਆ, ਮੈਂ ਤਾਂ ਵੇਖਿਆ ਤੇਰਾ ਰੂਪ ਹੀ ਤੇਰਾ ਹੋਰ ਬਦਲ ਗਿਆ। ਕੁੜੀ ਨਾ ਗਰਮ ਹੋਣੀ ਵੇਖਿਆ ਤੁਰਿਆ ਆਉਂਦਾ ਵੇਖਣ ਲਿਆ, ਕੁੜੀ ਨੇ ਗਰਮ ਹੋਣ ਲਈ ਉਹਦੇ ਨਿਆਣੀ ਆ ਤੇ ਉਹਨੇ ਹਰ ਵਾਰੀ ਲਿਆਉਂਦਾ ਹੁੰਦਾ ਕੋਤੇ ਗੋਲ ਲਈ, ਚੱਲ ਲੈ ਆਊਗਾ ਤੇ ਜੇ ਜ਼ਿਆਦਾ ਤੇ ਫਿਰ ਗੱਡੀ ਲੈ ਜਾਂਦਾ, ਗੱਡੀ ਭਰ ਲਿਆਉਂਦੇ ਆ। ਤੁਸੀਂ ਤੇ ਟੀਚਰਾਂ ਕਰਦੇ ਜੇ, ਕਿਉਂ ਗੱਡੀ ਕੋ ਭਰ ਲਿਆਉਣੀ ਆ, ਜਿੰਨਾ ਲਿਆ ਉਹਨਾਂ ਦੇ ਜੂਗਾ। ਚੱਲ ਕੁੜੀ ਨੇ ਪੁੱਛਿਆ ਤੇ ਉਹਨਾਂ ਗਰਮਾਉਣ ਦੀ ਲੋੜ ਨਹੀਂ, ਕੋਈ ਗੱਲ ਨਹੀਂ, ਉਹਦੇ ਲਈ ਹਰ ਵਾਰੀ ਲੰਘਾ ਨਾ ਕੋਤੇ ਕੋ, ਤਾਂ ਨੇ ਪੁੱਛਿਆ ਉਹਨੂੰ। ਚੱਲ ਇੱਦਾਂ ਕਰ, ਆ ਚਾਹ ਘੁੱਟ ਪੀ ਕੇ ਨਾ ਕੋਈ ਵਧੀਆ ਜਿਹਾ ਚਟਪਟਾ ਜਿਹਾ ਬਣਾ ਕੇ ਦੇ, ਮੈਨੂੰ ਦੁਕਾਨ ਤੇ ਭੇਜ ਦੇ, ਭੁੱਖ ਲੱਗੀ ਆ। ਵੇਖ ਹਾਂ ਦਵਿੰਦਰ ਦੀ ਜਾਨ ਤੇ ਬਣੀਆਂ ਵਾ, ਇਹਨੂੰ ਚਟਪਟੇ ਦੀ ਅੱਗ ਲੱਗੀ ਆ, ਇਹ ਪਤਾ ਨਹੀਂ ਕਿਹੜੀ ਦੁਨੀਆ ਤੇ ਤੁਰਿਆ ਫਿਰਦਾ ਵਾ। ਚਾਚਾ ਜੀ ਮੈਂ ਚੱਲੀ ਫਿਰ ਅੱਜ ਮੰਮੀ ਨੂੰ ਲੈਣ। ਪੁੱਤ ਪਹਿਲਾਂ ਆਪਣੇ ਪਿਓ ਨੂੰ ਪੁੱਛ, ਤੈਨੂੰ ਤਾਂ ਸੁਭਾਅ ਦਾ ਪਤਾ ਮੇਰਾ ਫਰਜ਼ ਨਹੀਂ ਬਣਦਾ ਉੱਥੇ ਜਾਣ ਦਾ। ਮੈਂ ਜਾਊਂ ਤਾਂ ਕੱਲ੍ਹ ਨੂੰ ਕਹੂਗਾ ਤੂੰ ਉੱਥੇ ਕਰਨ ਗਿਆ ਘਰ ਦੀ ਮੇਰੀ, ਅਤੇ ਤੂੰ ਉਲਟਾ ਸੋਚੂ ਦਿਲ 'ਤੇ ਸਾਡਾ ਵੀ ਕਰ ਦੇ ਆ ਜੇ, ਅਤੇ ਤੂੰ ਜਦੋਂ ਸਲਾਹ ਕਰ ਲਾ ਅਤੇ ਆਪਾਂ ਚੱਲ ਚੱਲਾਂਗੇ। ਜੇ ਉਹ ਕਹੂਗਾ ਨਾ ਵੀ ਚਾਚੇ ਨੂੰ ਲੈ ਜਾ ਨਾਲ ਤਾਂ ਫਿਰ ਚੱਲ ਚੱਲਾਂਗੇ। ਠੀਕ ਆ, ਚਲੋ ਫਿਰ ਮੈਂ ਪੁੱਛਦਾ ਵਾਂ, ਪੁੱਛ ਲਈ ਕਹਿੰਦੇ ਫਿਰ ਤੁਹਾਨੂੰ ਦੱਸਦਾ। ਕੋਈ ਨਹੀਂ ਚੱਲ ਚੱਲ, ਮੰਨ ਗਏ ਫਿਰ ਆਪਾਂ ਜਾਣਾ ਵਾ, ਕੋਈ ਕੱਲ੍ਹ ਚੱਲ ਚੱਲਾਂਗੇ, ਕੱਲ੍ਹ ਨੂੰ ਨਹੀਂ ਅੱਜ ਹੀ ਜਾਣਾ ਵਾ। ਚੱਲ ਵੇਖ ਲੈਂਦੇ। ਪਾਪਾ ਹਾਂ ਮੈਂ ਨਾ ਗੱਲ ਕਰਨੀ ਸੀ ਇੱਕ। ਕਰੋ। ਵੀ ਮੇਰਾ ਨਾ ਜੀ ਕਰਨ ਡਿਆ ਸੀ ਮੰਮੀ ਨੂੰ ਮਿਲਣ ਨੂੰ। ਕਿਉਂ ਉੱਧਰ ਗਿਆ ਵਾ? ਉਹ ਫਿਰ ਤੁਹਾਨੂੰ ਪਤਾ ਹੀ ਆ, ਅਤੇ ਮੈਂ ਇੱਦਾਂ ਕਹਿਣ ਡਿਆ ਸੀ ਆਪਾਂ ਜਾ ਕੇ ਤੇ ਮਿਲ ਆਈਏ। ਵੇਖ ਗੌਰਵ ਮੈਂ ਤੈਨੂੰ ਨਹੀਂ ਰੋਕਦਾ, ਮੈਂ ਤੇਰੇ ਮੂੰਹ ਵੱਲ ਵੇਖਿਆ ਵਾ, ਤੂੰ ਨਿੰਮੋ ਝਾਣਾ ਜਾ ਬੈਠਾ ਰਹਿੰਦਾ ਵਾ, ਤੂੰ ਜਾਣਾ ਜਾ, ਪਰ ਮੈਂ ਨਹੀਂ ਉਹ ਜਾਣਾ। ਅਤੇ ਫਿਰ ਮੈਂ ਇੱਦਾਂ ਕਰਦਾ ਵਾਂ, ਚਾਚਾ ਜੀ ਨੂੰ ਲੈ ਜਾਂਦਾ ਨਾਲ। ਚਾਚਾ ਜਾਊ ਤੇਰਾ? ਉਹਨਾਂ ਨੂੰ ਮੈਂ ਮਿਲਾ ਲੂੰਗਾ, ਉਹਨਾਂ ਮੇਰੀ ਗੱਲ ਨਹੀਂ ਮੋੜਨੀ, ਉਹ ਨਾਲੇ ਹੇ ਵੇਹ ਲਊਂਗਾ ਭਲਾ ਕੀ ਕਹਿੰਦੇ ਆ। ਚੱਲ ਵੇਖੀ ਉੱਥੇ ਕਿਤੇ ਵਿਹਲੀ ਆਉਂਦੇ ਬੈਠੀਆਂ ਵਾ, ਮਾਵਾਂ ਧੀਆਂ ਕੁਛ ਕਰਨ ਨਹੀਂ ਜਾਵਾਂ। ਆਹੋ ਅਤੇ ਜੇ ਹੋ ਸਕਿਆ ਮੈਂ ਮੰਮੀ ਨੂੰ ਕਹਿਣਾ ਨਾਲ ਚੱਲੋ, ਜੇ ਆ ਗਏ ਫਿਰ ਮੈਂ ਨਾਲ ਹੀ ਲੈ ਆਉਣਾ ਜੇ, ਅਤੇ ਅਸੀਂ ਫਿਰ ਚੱਲੇ ਹਾਂ। ਜਾਓ, ਅੱਜ ਛੁੱਟੀ ਆ ਮੈਨੂੰ। ਬਾਕੀ ਤੂੰ ਕਹਿਣ ਡਿਆ ਨਾ ਕਿ ਮੈਂ ਮੰਮੀ ਨੂੰ ਲੈ ਆਉਣਾ ਵਾ, ਜੇ ਤੂੰ ਕੋਈ ਪੈਲੀ ਦਾ ਨਿਬੜਿਆ ਹੋਊ ਕੁਛ ਮੰਨੀ ਹੋਊਗੀ ਅਤੇ ਤਾਂ ਲਿਆਵੀਂ, ਨਹੀਂ ਤਾਂ ਮੈਂ ਨਹੀਂ ਉਹ ਵੜਨ ਦੇਣੀ ਇੱਥੇ। ਚਲੋ ਠੀਕ ਆ ਪਾਪਾ, ਉਹ ਤਾਂ ਜਾ ਕੇ ਪਤਾ ਲੱਗੂਗਾ, ਫਿਰ ਮੈਂ ਜਾ ਆਉਂਦਾ ਵਾਂ ਅਤੇ ਨਾਲ ਚਾਚਾ ਜੀ ਨੂੰ ਲੈ ਜਾਂਦਾ ਵਾਂ। ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ, ਜਾਓ। ਠੀਕ ਆ। ਲੈ ਮੈਂ ਤਾਂ ਤੁਹਾਡੇ ਵਾਲੀ ਚੱਲਿਆ ਸੀ। ਕਿਉਂ ਕੀ ਹੋਇਆ? ਉਹ ਪਾਪਾ ਮੰਨ ਗਏ ਆ ਅਤੇ ਆਪਾਂ ਇੱਦਾਂ ਕਰੀਏ ਹੁਣ ਚੱਲੀਏ, ਟਾਈਮ ਨਾਲ ਤਾਂ ਟਾਈਮ ਨਾਲ ਮੁੜਾਂਗੇ ਫਿਰ ਮੰਮੀ ਨੂੰ ਲੈ ਕੇ। ਚੱਲ ਮੈਂ ਕੱਪੜੇ ਬਦਲਣਾ। ਹਾਂ ਹਾਂ ਮੈਂ ਬਹੁਤ ਹੀ ਵਧੀਆ ਗੱਲ ਮੰਨ ਗਿਆ, ਅੱਗੇ ਗੁੱਸੇ ਤਾਂ ਨਹੀਂ ਹੋ ਜਾਂਦਾ? ਨਹੀਂ ਗੁੱਸੇ ਕੀ ਹੋਣਾ ਸੀ, ਮੈਂ ਤਾਂ ਇਹ ਵੀ ਕਿਹਾ ਵੀ ਜੇ ਮੰਮੀ ਮੰਨ ਗਏ ਅਸੀਂ ਨਾਲ ਹੀ ਲੈ ਆਉਣੇ ਆ। ਨਹੀਂ ਮੰਨੂਗੀ ਮੰਨੂ ਕਿੱਦਾਂ ਨਾ ਪੁੱਤ। ਆਹੋ ਚੱਲ ਕੋਈ ਨਹੀਂ, ਪਾ ਲਾ ਕੱਪੜੇ, ਮੇਰੇ ਤਾਂ ਵੈਸੇ ਪਏ ਹੀ ਆ, ਕੋਈ ਨਹੀਂ ਮੈਂ ਚੇਂਜ ਕਰਨੇ ਆ। ਕਰ ਲਾ ਕੋਈ ਨਹੀਂ, ਆ ਜਾਈਓ ਦੁਕਾਨ ਬੰਦ ਕਰ ਲਾਂਗੇ। ਕੋਈ ਨਹੀਂ।